ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕੱਚੀ ਤੇ ਬਿਹਤਰੀਨ ਵੀਡੀਓ ਦੀ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਵੀਰਾਂ ਵਾਸਤੇ ਨੀਲੀ ਦੇ ਬਿਹਤਰੀਨ ਔਰ ਅਨਮੋਲ ਤੋਹਫੇ ਆਪਣਾ ਦੇਸ਼ ਪੰਜਾਬ ਟੀਵੀ ਵੀਰਾਂ ਵਾਸਤੇ ਜਨਾਬ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਵੀਰਾਂ ਵਾਸਤੇ ਜਨਾਬ ਇੱਕ ਵਲੈਤੀ ਔਰ ਬਿਹਤਰੀਨ ਨਯਾਬ ਨੀਲੀ ਦੀ ਜਨਾਬ ਮੱਝ ਪਹਿਲੇ ਨੰਬਰ ਤੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਫਿਰ ਇਸ ਤੋਂ ਬਾਅਦ ਜਨਾਬ ਦੂਸਰੇ ਨੰਬਰ ਤੇ ਵੀ ਜਾਵਾਂਗੇ। ਪਹਿਲੇ ਨੰਬਰ ਵਾਲੀ ਮੱਝ ਨੂੰ ਜਰਾ ਤਸੱਲੀ ਦੇ ਨਾਲ ਵੇਖਣਾ ਹੈ, ਕੈਮਰੇ ਦੀ ਨਿਗਾਹ ਦੇ ਵਿੱਚ ਵੇਖਣਾ ਹੈ। ਮੈਨੂੰ ਲੱਗਿਆ ਰੁਗ ਰੁਗ ਦਾ ਖੂਬਸੂਰਤ ਥਣ ਪੰਡਾਂ ਦੇ ਮੈਂ ਨੂੰ ਆਵਾਨੇ ਔਰ ਮੈਂ ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਅੱਲਾ ਪਾ ਕੇ ਦੀ ਆਜ਼ਾਦੀ ਕਰੇ ਜ਼ਮਾਨੇ ਦੇ ਵਿੱਚ ਔਰ ਇਨਸ਼ਾਅੱਲਾ ਇਲਾਕੇ ਦੇ ਵਿੱਚ ਇੱਕ ਨਾਮ ਔਰ ਮਕਾਮ ਰੱਖਦੀ ਹੈ। ਲੈਣੇ ਦੇਣੇ ਮੁਕੱਦਰ ਨੇ। ਮੈਂ ਦੀ ਖੂਬਸੂਰਤੀ, ਮੈਂ ਦੀ ਨਸਲ, ਮੈਂ ਦੀ ਜ਼ਾਤ, ਮੈਂ ਦਾ ਖਾਨਦਾਨ ਹਜ਼ਾਰਾਂ ਮਈ ਦੇ ਵਿੱਚੋਂ ਕਿਤੇ ਜੇ ਮਈ ਨੀਲੀ 'ਤੇ ਪੈਦਾ ਹੁੰਦੀਆਂ ਨੇ। ਲੈਣੇ ਦੇਣੇ ਮੁਕੱਦਰ ਨੇ। ਮੈਂ ਜਨਾਬ ਵੀਰਾਂ ਦੇ ਸਾਹਮਣੇ ਅੱਲਾ ਦੇ ਫਜ਼ਲੋ ਕਰਮ ਨਾਲ ਇਨਸ਼ਾਅੱਲਾ ਵੀਰਾਂ ਨੂੰ ਬਲੈਤੀ, ਖੂਬਸੂਰਤ ਔਰ ਨਯਾਬ ਨੀਲੀ ਦੇ ਰਹੇ ਆਪਣਾ ਦੇਸ਼ ਪੰਜਾਬ ਟੀਵੀ ਵਿਖਾਉਂਦਾ ਹੈ। ਅੱਜ ਵੀ ਵੀਰਾਂ ਵਾਸਤੇ ਇੱਕ ਸਪੈਸ਼ਲ ਔਰ ਅੰਟੀਕ ਦਾਣਾ ਅਲਹਮਦੁਲਿਲਾ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਨੇ। ਮੈਂ ਦੀ ਕੁਆਲਿਟੀ ਅਤੇ ਮੈਂ ਦੀ ਕਲਾਸ ਚੈੱਕ ਕਰਨੀ ਹੈ। ਅੱਲਾ ਦੇ ਫਜ਼ਲੋ ਕਰਮ ਨਾਲ ਮੈਂ ਪੂਰੀ ਬਲੈਤੀ ਹੈ, ਪੂਰੀ ਨੀਲੀ ਦੀ ਹੈ। ਅਲਹਮਦੁਲਿਲਾ ਪੂਰੇ ਖਾਨਦਾਨਾਂ ਵਾਲੀ ਔਰ ਪੂਰੀਆਂ ਨਸਲਾਂ ਦੀ ਜਨਾਬ ਮੱਝ ਹੈ ਔਰ ਇਨਸ਼ਾਅੱਲਾ ਵੀਰਾਂ ਨੂੰ ਨੀਲੀ ਦੇ ਅਸੀਂ ਤੋਹਫੇ ਦਿੰਦੇ ਹਾਂ। ਮੈਂ ਸੂਣ 'ਚ ਤਕਰੀਬਨ ਦਿਨ 10, 4, 6, 8 ਲੈਂਦੀ ਹੈ। ਮੈਨੂੰ ਕਤਰੀ ਸਿਰ ਲੱਗਿਆ ਹੋਇਆ, ਕਾਠਾਂ ਵਿੱਚ ਸਫੈਦ ਚਿੱਟੀ ਅੱਖ ਮੱਥੇ ਤੋਂ ਫੁੱਲੀ ਹੈ ਔਰ ਜਨਾਬ ਅੱਲਾ ਦੇ ਫਜ਼ਲੋ ਕਰਨ ਨਾਲ ਮੈਂ ਪੂਰੀ ਦਰਿਆ ਦੀ ਸਾਰੀ ਦਿਹਾੜੀ ਦਰਿਆ ਦੇ ਵਿੱਚ ਫਿਰਨ ਵਾਲੀ ਨੀਲੀ ਦੀ ਨਯਾਬ ਝੋਟੀ ਦੂਜਣ ਹੈ ਔਰ ਮਾਸ਼ਾਅੱਲਾ ਵੀਰਾਂ ਦੇ ਸਾਹਮਣੇ ਹੈ। ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ। ਕਰਮਾਂ ਵਾਲੀ ਮੇਲੇ ਲਾਈ ਫਿਰਦੀ ਹੈ, ਲੋਕ ਗੱਲਾਂ ਕਰਦੇ ਨੇ, ਅਸੀਂ ਇਨਸ਼ਾਅੱਲਾ ਕੰਮ ਕਰਨੇ ਹੈ ਔਰ ਵੀਰਾਂ ਨੂੰ ਕੰਮ ਕਰਕੇ ਵਿਖਾਈਦਾ ਕਿ ਇਹ ਨੀਲੀ ਹੈ ਅਤੇ ਇਹ ਨੀਲੀ ਦੀਆਂ ਮੱਝਾਂ ਨੇ। ਬਾਕੀ ਮੁਕੱਦਰ ਯਾ ਨਸੀਬ, ਬਾਕੀ ਮੁਕੱਦਰ ਯਾ ਨਸੀਬ ਅੱਲਾ ਦੇ ਫਜ਼ਲੋ ਕਰਮ ਨਾਲ ਵੀਰਾਂ ਨੂੰ ਅੰਟੀਕ ਪੀਸ ਨੀਲੀ ਦੇ ਨਯਾਬ ਦੇਣੇ ਨੇ ਔਰ ਇਨਸ਼ਾਅੱਲਾ ਅਲਹਮਦੁਲਿਲਾ ਅੱਲਾ ਦੇ ਫਜ਼ਲੋ ਕਰਮ ਨਾਲ ਵੀਰਾਂ ਨੂੰ ਤੋਹਫਿਆਂ ਦੀ ਹਮੇਸ਼ਾ ਇੱਕ ਤੋਂ ਇੱਕ ਵੱਧ ਔਰ ਖੂਬਸੂਰਤ ਤਰੀਨ ਚੀਜ਼ ਹਮੇਸ਼ਾ ਆਪਣਾ ਦੇਸ਼ ਪੰਜਾਬ ਟੀਵੀ ਵੀਰਾਂ ਨੂੰ ਵਿਖਾਉਂਦਾ ਹੈ ਔਰ ਅੱਜ ਵੀ ਇਨਸ਼ਾਅੱਲਾ ਵੀਰਾਂ ਨੂੰ ਇੱਕ ਨੀਲੀ ਦੀ ਖੂਬਸੂਰਤ ਔਰ ਆਲਾ ਕੁਆਲਿਟੀ ਦੀ ਜਿਹੜਾ ਮੱਝ ਵੀਰਾਂ ਦੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਗੱਲਾਂ ਸਾਰਾ ਜ਼ਮਾਨਾ ਕਰਦਾ ਹੈ ਲੇਕਿਨ ਕੰਮ ਇਨਸ਼ਾਅੱਲਾ ਆਪਣਾ ਦੇਸ਼ ਪੰਜਾਬ ਟੀਵੀ ਵੀਰਾਂ ਨੂੰ ਸ਼ੌਕ ਕਰਵਾਉਂਦਾ ਹੈ ਨੀਲੀ ਦਾ। ਮੈਨੂੰ ਹਰ ਪਾਸੋਂ ਹਰ ਨਿਗਾਹ ਤੋਂ ਤਸੱਲੀ ਨਾਲ ਵੇਖਣਾ ਮੈਂ ਕਿਹੜੀ ਬਰੀਕ ਹੈ, ਕਿਹੜੀ ਖੂਬਸੂਰਤ ਹੈ, ਕਿਹੜੀ ਨਫੀਸ ਹੈ ਔਰ ਰੇਸ਼ਮ ਦੀ ਬਣੀ ਹੋਈ ਦੌਣ ਮੈਂ ਉਹਨੂੰ ਚੈੱਕ ਕਰਨੀ। ਗਜ਼ ਲੰਮੀ ਦੌਣ, ਗੱਲਾਂ ਲੋਕ ਕਰਦੇ ਨੇ ਲੇਕਿਨ ਦੌਣਾ ਮਿਲਣ ਨਾਲ ਪਤਾ ਲੱਗਦਾ ਕਿ ਮੈਂ ਦੌਣ ਕਿਹੜੀ, ਬੁੱਥੀ ਕਿਹੜੀ ਲੰਮੀ, ਸਿੱਗੀ ਕਿਹੜੀ ਚੰਗੀ, ਮੈਂ ਦੀ ਕਲਾਸ ਅਤੇ ਖਾਨਦਾਨ ਕਿਹੜਾ ਚੰਗਾ ਔਰ ਥਣ ਮੈਨੂੰ ਐਸਾ ਕਿ ਇਨਸ਼ਾਅੱਲਾ ਸਾਰੀ ਉਮਰ ਅਗਰ ਮੈਂ ਅੱਲਾਹ ਤਾਲਾ ਦੀ 1000 ਸਾਲ ਜ਼ਿੰਦਗੀ ਵੀ ਕਰੇ ਇਨਸ਼ਾਅੱਲਾ ਮੈਂ ਥਣ ਨਾ ਗਵਾਏਗੀ, ਸਿਰ ਨਾ ਗਵਾਏਗੀ ਕਿਉਂਕਿ ਨੀਲੀ ਨਾਮ ਹੈ ਇਤਮਾਦ ਦਾ, ਨੀਲੀ ਸ਼ੌਕ ਦਾ ਨਾਮ ਹੈ, ਨੀਲੀ ਜਨੂੰਨ ਦਾ ਨਾਮ ਹੈ। ਹਰ ਬੰਦਾ ਨੀਲੀ ਦੀ ਮੈਂ ਨਾ ਸਮਝ ਸਕਦਾ, ਨਾ ਜਨਾਬ ਨੀਲੀ ਦੀ ਮੈਂ ਨੂੰ ਪਹੁੰਚ ਸਕਦਾ, ਨਾ ਉਹਨੂੰ ਸਮਝਣਾ, ਉਹਨੂੰ ਪਾਉਣਾ ਨੀਲੀ ਨੂੰ ਹਰ ਬੰਦੇ ਦਾ ਵੱਸ ਦਾ ਰੋਗ ਨਹੀਂ ਹੈ। ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਅੱਲਾ ਪਾ ਕੇ ਦੀ ਹਯਾਤੀ ਕਰੇ, ਹਜ਼ਾਰਾਂ ਮਹੀਂ ਵਿੱਚ ਕਦੇ ਅਜੇ ਮਹੀਂ ਜਾਂਦੀਆਂ ਨੇ ਔਰ ਇਨਸ਼ਾਅੱਲਾ ਆਪਣਾ ਦੇਸ਼ ਪੰਜਾਬ ਟੀਵੀ ਵੀਰਾਂ ਨੂੰ ਸ਼ੌਕ ਕਰਵਾਉਂਦਾ। ਪਹਿਲੇ ਨੰਬਰ ਵਾਲੀ ਮੱਝ ਹੈ ਜੀ, ਤਸੱਲੀ ਮੇਰੇ ਵੀਰਾਂ ਨੇ ਕੀਤੀ। ਇਸ ਸੁਬਾਹ ਜਾਵਾਂਗੇ ਇਸ ਜਨਾਬ ਦੂਸਰੀ ਮੱਝ 'ਤੇ, ਤਸੱਲੀਆਂ ਕਰਾਓ ਜੀ ਕੈਮਰਾਮੈਨ ਸਾਹਿਬ।
ਜਿੰਨਾ ਖੂਬਸੂਰਤ ਮੈਂ ਇਹਨੂੰ ਆਵਾਨਾ ਓਨੀਆਂ ਖੂਬਸੂਰਤ ਗੱਲਾਂ, ਓਨੀਆਂ ਹੀ ਖੂਬਸੂਰਤ ਗੱਲਾਂ ਮੱਝਦੀਆਂ। ਜਿੰਨੀ ਅਸੀਲ ਅਤੇ ਜਿੰਨੀ ਸਹੂ ਅਤੇ ਜਿੰਨੀ ਕਮਾਲ ਦੀ ਓਨੀ ਜਨਾਬ ਇੱਕ ਨੰਬਰ ਸ਼ੈ, ਔਰ ਮਾਸ਼ਾਅੱਲਾ ਕੁਆਲਿਟੀ ਵਿੱਚ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਅਲਹਮਦੁਲਿਲਾ ਅੱਲਾ ਦੇ ਫਜ਼ਲੋ ਕਰਮ ਨਾਲ, ਔਰ ਲੈਣੇ ਦੇਣੇ ਮੁਕੱਦਰ ਨੇ। ਮੈਂ ਜਨਾਬ ਐਸੀ ਕਿ ਜਨਾਬ ਦੁਨੀਆ ਇੱਕ ਪਾਸੇ ਔਰ ਮੱਝ ਦੀ ਸ਼ੌਕ ਇੱਕ ਪਾਸੇ, ਮੁੱਲ ਇਨਸ਼ਾਅੱਲਾ ਮੁਨਾਸਿਬ ਹੀ ਕਰਨੇ ਹੈ, ਲੰਮਾ ਚੌੜਾ ਅਸੀਂ ਨਹੀਂ ਕਰਨਾ। ਅਤੇ ਮੈਂ ਨੰਬਰ ਇੱਕ ਜੀ, ਮੈਂ ਨੰਬਰ ਦੋ 'ਚ ਜਾ ਰਿਹਾ, ਮੈਂ ਨੰਬਰ ਦੋ 'ਤੇ ਜਾ ਰਿਹਾ ਜੀ। ਮਾਸ਼ਾਅੱਲਾ ਇਹ ਮੈਂ ਨੰਬਰ ਇੱਕ ਸੀ, ਮੈਂ ਨੰਬਰ ਦੋ 'ਤੇ ਜਾਂਦੇ ਪਏ ਵੀਰਾਂ ਦੇ ਸਾਹਮਣੇ, ਬੜੇ ਵੱਡੇ ਖੂਬਸੂਰਤ ਕਬਾੜ ਦੀ ਮਾਲਕ ਇਹ ਜਨਾਬ ਮੱਝ ਬਰੀਕ ਸਿੰਘੀ ਕਾਠਾਂ ਵਿੱਚ ਰੱਖੀ ਮੱਥੇ 'ਤੇ ਫੁੱਲੀ, ਮਗਰ ਮੈਂ ਦੇ ਕੱਟੀ ਸਜਰੀ ਜਨਾਬ ਇਹ ਮੱਝ ਸੂਈ ਹੋਈ ਹੈ, ਚਾਹ ਚੌਥੀ ਪੰਜਵੀਂ ਚਵਾਈ ਦੇ ਵਿੱਚ ਮੱਝ ਹੈ, ਔਰ ਮੱਝ ਨੂੰ ਕਬਾੜ ਐਡਾ ਕਿ ਜਿਵੇਂ ਡਾਚੀ ਹੁੰਦੀ ਡਾਚੀ। ਮਾਸ਼ਾਅੱਲਾ ਬੜੇ ਤਕੜੇ ਕੱਦ ਦੀ ਔਰ ਨੀਲੀ ਦੀ ਮੱਝ, ਐਡੇ ਐਡੇ ਕੱਦ ਮਈ ਨੂੰ ਆਮ ਲੱਗਦੇ ਹੀ ਨਹੀਂ। ਬਾਕੀ ਮੈਂ ਸਜਰੀ ਸੂਈ ਹੋਈ ਹੈ, ਵੀਰਾਂ ਦੇ ਸਾਹਮਣੇ ਹੈ, ਰੁਕ ਰੁਕ ਦਾ ਖੂਬਸੂਰਤ ਥਣ, ਪੰਡਾਂ ਲਾਈ ਫਿਰਦੀ ਕਰਮ ਵਾਲੀ ਪੰਡਾਂ, ਮੈਂ ਪੰਡਾਂ ਲਾਈ ਫਿਰਦੀ ਹੈ। ਜਿਹੜੇ ਬੰਦੇ ਆਉਂਦੇ ਨਾ ਨੀਲੀ ਦੀ ਮਹੀਂ ਦੇ ਵਿੱਚੋਂ ਵੱਡੀ ਮੈਂ ਚਾਹੀਦੀ ਹੈ, ਬਰੀਕ ਚਾਹੀਦੀ ਹੈ, ਔਰ ਜਨਾਬ ਚੰਗੀ ਮੈਂ ਹੋਵੇ, ਤਾਂ ਜਨਾਬ ਉਹ ਇਹਦਾ ਇੰਤਖਾਬ ਕਰੇ ਡਾਚੀ ਦਾ। ਇਹ ਡਾਚੀ ਹੈ ਜੀ ਅੱਲਾ ਦੇ ਫਜ਼ਲ ਕਰਮ ਨਾਲ, ਔਰ ਐਡੀਆਂ ਐਡੀਆਂ ਮਹੀਂ ਨੀਲੀ ਦੇ ਵਿੱਚ ਬਹੁਤ ਘੱਟ ਪੈਦਾ ਹੁੰਦੀਆਂ ਨੇ, ਬਹੁਤ ਘੱਟ। ਸ਼ੌਕ ਵਾਲੇ ਸ਼ੌਕੀਨ ਹਜ਼ਰਾਤ ਹੀ ਮਹੀਂ ਨੂੰ ਪਰਖਦੇ ਨੇ, ਮਹੀਂ ਨੂੰ ਟਾਈਮ ਲੱਗਿਆ ਹੋਵੇ, ਮਹੀਂ ਦੇ ਪੈਰ ਥਣਾਂ ਦੇ ਵਿੱਚ ਧਾਰ ਹੋਵੇ, ਮੈਂ ਪੱਸਮੀ ਹੋਵੇ, ਅਸੀਂ ਜਨਾਬ ਹਰ ਚੀਜ਼ ਦੇ ਵਿੱਚ ਤਸੱਲੀ ਬਖਸ਼ ਤਰੀਕੇ ਨਾਲ ਵੀਰਾਂ ਨੂੰ ਜਨਾਬ ਅਸੀਂ ਮਿਆਰ ਦੇ ਉੱਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ। ਮੈਂ ਇਹਨੂੰ ਥਣ ਸੋਹਣਾ, ਮੈਂ ਇਹਨੂੰ ਜਾਨ ਸੋਹਣੀ, ਮੈਂ ਇਹਨੂੰ ਕੱਦ ਬੜਾ, ਮੈਂ ਇਹਨੂੰ ਖੁੱਡਾ ਪੁੱਠਾ ਨਸਲ ਜ਼ਾਤ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਪੂਰਾ ਅੰਟੀਕ ਪੀਸ ਹੈ ਅੱਲਾ ਦੇ ਫਜ਼ਲ ਕਰਮ, ਮਗਰ ਕੱਟੀ ਹੈ ਮੈਂ ਦੇ, ਮੈਂ ਇਹਨੂੰ ਖੁੱਡਾ ਜਨਾਬ 2 ਫੁੱਟ ਦਾ ਹੈ। ਔਰ ਬੰਦੇ ਕਹਿੰਦੇ ਉਸਦੇ ਨੇ ਕਿ ਜਨਾਬ ਖੁੱਡਾ ਚੰਗਾ ਹੋਵੇ, ਮੈਂ ਇਹਦਾ ਸੂਹ ਛੋਟੀ ਹੋਵੇ ਅਤੇ ਮੈਂ ਸੂਣ ਦੇ ਵਿੱਚ ਮਸਲਾ ਕੋਣੀ, ਮੈਂ ਪਿੱਛਾ ਨਿਕਲਦੀ ਹਾਂ, ਛੋਟੀ ਸੂਹ ਇੱਕ ਹੱਡੀ ਪੁੱਠਾ ਕਿਹੜਾ ਤਗੜਾ ਖੁੱਡਾ ਮੈਂ ਚੈੱਕ ਕਰਨਾ, ਐਂ ਕਰਕੇ ਦੋ ਹੱਥਾਂ ਨਾਲ ਵੇਖਣਾ ਕਿ ਐਡਾ ਖੁੱਡਾ ਹੀ ਮੈਨੂੰ ਨਹੀਂ ਆਉਂਦਾ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਮੈਂ ਚੈੱਕ ਕਰਨੀ ਹੈ ਮਾਸ਼ਾਅੱਲਾ ਅਲਹਮਦੁਲਿਲਾ ਡੇਢੀ ਵਾਲਾ ਥਣ ਸੋਹਣਾ, ਜਰੀ ਵਾਲਾ ਪਸਮ ਕੇ ਏਡਾ ਏਡਾ ਮੋਟਾ ਹੀ ਕਰਦੀ ਮਾਸ਼ਾਅੱਲਾ, ਬੜਾ ਵੱਡਾ ਕਰ, ਛੱਡੋ ਜੀ ਮੈਂ ਇਹਨੂੰ, ਮਗਰ ਇਹਦੇ ਕੱਟੀਏ ਪੰਜਵੀਂ ਛੇਵੀਂ ਚੁਆਈ ਦੇ ਅਜੇ ਤੱਕ 10 ਆਉਂਦੀ ਹੈ, ਠੀਕ ਹੈ। ਜਦੋਂ ਪੋਤੀ ਕਹਿਣ ਲੱਗ ਪਈ ਸਮਝਾਂਗੇ ਕਿ ਜਨਾਬ ਕੰਮ ਹੈ, ਕੱਚਾ ਦੁੱਧ ਪੀਂਦੀ 10 ਹੀ ਕਰਦੀ ਪਈ ਮਾਸ਼ਾਅੱਲਾ। ਬੜੀ ਵੱਡੀ ਮੱਝ ਹੈ ਜੀ, ਡਾਚੀ ਮੱਝ ਜੀ ਡਾਚੀ। ਕੋਈ ਵੀਰ ਭਰਾ ਅਗਰ ਮੱਝ ਦੀ ਸਮਝ ਨਾ ਆਵੇ ਤਾਂ ਡਾਚੀ ਦੇ ਨਾਮ ਤੋਂ ਜਨਾਬ ਮੈਂ ਥੱਲੇ ਕਰ, ਡਾਚੀ 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 ਇਹ ਜਨਾਬ ਡਾਚੀ ਨਾਲ ਮੱਝ ਬੜਾ ਕੱਦ ਹੈ ਨੀਲੀ ਤੇ ਜਨਾਬ, ਮੈਂ ਦੂਜੇ ਨੇ ਜਾਂ ਪਹਿਲੇ ਨੇ ਇਹ ਆਪਾਂ ਸਾਰਾ ਮਾਲਕ ਨੂੰ ਪੁੱਛਾਂਗੇ। ਬਾਕੀ ਸਾਰੀ ਗੱਲਾਂ ਬਾਬਾ ਅਸ਼ਰਫ ਕਿੰਗ ਆਫ ਨੀਲੀ, ਬਾਬਾ ਅਸ਼ਰਫ ਕਿੰਗ ਆਫ ਨੀਲੀ ਹੈ, ਜਦੋਂ ਵੀ ਆਇਆ ਮਾਸ਼ਾਅੱਲਾ ਬ੍ਰਾਂਡ ਲੈ ਕੇ ਆਉਂਦਾ, ਚੰਗੀ ਮੈਂ ਬਾਬਾ ਅਸ਼ਰਫ ਕੱਢਦਾ ਹਮੇਸ਼ਾ ਨੀਲੀ ਤੇ। ਇਹ ਜਨਾਬ ਬਿਹਤਰੀਨ ਔਰ ਖੂਬਸੂਰਤ ਤਰੀਨ ਜਾਨਵਰ ਬਾਬਾ ਅਸ਼ਰਫ ਲਿਆਉਂਦਾ, ਚੰਗੇ ਚੰਗੇ ਕੱਢ ਕੱਢ ਕੇ ਵੱਟ ਕੱਢਦਾ ਜਨਾਬ ਮਹੀਂ ਦੇ, ਕੋਈ ਐਸੀ ਐਸੀ ਮੈਂ ਲਿਆਉਂਦਾ ਕਿ ਬਾਬਾ ਅਸ਼ਰਫ ਦਾ ਨਾਂ ਜਿਹੜਾ ਇਨਸ਼ਾਅੱਲਾ ਜੀ ਬੜੇ ਸੁਨਹਿਰੇ ਲਫਜ਼ਾਂ ਨਾਲ ਲਿਖਿਆ ਆਉਂਦਾ। ਅਸ਼ਰਫ ਇੱਕ ਬ੍ਰਾਂਡ ਹੈ ਜੀ, ਉੱਤੇ ਤਾਂ ਅੱਲਾ ਦੇ ਫਜ਼ਲ ਨਾਲ, ਬਾਕੀ ਬ੍ਰਾਂਡ ਤਾਂ ਹੋਰ ਵੀ ਬੜੇ ਨੇ, ਲੇਕਿਨ ਬਾਬੇ ਦਾ ਇੱਕ ਆਪਣਾ ਅਲੱਗ ਤੋਂ ਇੱਕ ਨਾਮ ਇੱਕ ਪਹਿਚਾਣ ਹੈ। ਚਾਚਾ ਅਸ਼ਰਫ ਕੀ ਹਾਲ ਹੈ? ਅਲਹਮਦੁਲਿਲਾ, ਖੈਰ ਮੇਰੇ, ਅੱਜ ਫਿਰ 2 ਮਹੀ ਲਿਆਂਦੀਆਂ ਨੇ ਤੇ ਮਹੀਂ ਤੇਰੀਆਂ ਚੰਗੀਆਂ ਨੇ, ਕੋਸ਼ਿਸ਼ ਹੁੰਦੀ ਮੇਰੇ ਭਾਈ। ਹਾਂਜੀ ਭਈ, ਨਿਕਲਾ ਦੇਣਾ ਨਸੀਬਾਂ ਦਾ ਹੁੰਦਾ ਹੈ। ਹਾਂਜੀ, ਦਿਲ ਆਉਂਦਾ ਵੀ ਚੰਗੀ ਮੈਂ ਬੰਦਾ ਪਾਵੇ, ਜਦੋਂ ਇੱਕ ਵੀਰ ਦੋਸਤ ਵੇਖੇ ਤਾਂ ਕਮੈਂਟ ਦੇਵੇ, ਇਹ ਆਖੇ ਮਾਸ਼ਾਅੱਲਾ ਜਦੋਂ ਦੇਵੇ ਤਾਂ ਗੱਲ ਹੋਈ ਨਾ ਜੀ। ਹਾਂਜੀ, ਇੱਜ਼ਤ ਵਾਸਤੇ ਕੰਮ ਕਰਦਾ ਹੈ, ਪੈਸਾ ਮਾਲ ਤੇ ਇੱਥੇ ਵਿਕ ਜਾਂਦਾ, ਇਕਦਾਰ ਆਉਂਦਾ ਇਹ ਕਿਹੜੀ ਗੱਲ, ਇੱਜ਼ਤ ਵਾਸਤੇ ਸੱਦਾ ਵੀ ਉਦੋਂ ਜਦੋਂ ਮੈਂ ਚੰਗੀ ਮਾੜੀ ਮੈਂ ਤਾਂ ਸੱਦਾ ਮੇਰਾ ਬਿਲਾ ਵੇਖੇ ਨਾ ਉਹਦਾ ਦਿਲ, ਉਹ ਆਖੇ ਕਿ ਬਾਬਾ ਅਸ਼ਰਫ ਇੱਕ ਬ੍ਰਾਂਡ ਹੈ, ਤੇ ਜਿਹੜੇ ਜਿਹੜੇ ਬਾਬਾ ਅਸ਼ਰਫ ਨੂੰ ਬ੍ਰਾਂਡ ਸਮਝਦੇ ਨੇ ਕਮੈਂਟ ਦੱਸੋ ਬਾਬਾ ਅਸ਼ਰਫ ਬ੍ਰਾਂਡ ਹੈ ਕਿ ਨਹੀਂ। ਅੱਛਾ,
ਹੁਣ ਗੱਲ ਇਹ ਕਿ ਬਾਬਾ ਅਸ਼ਰਫ ਮੈਂ ਹੀ ਵਿਖਾਈਆਂ ਦੋ, ਇੱਕ ਜਨਾਬ ਆ ਪਹਿਲੇ ਨੰਬਰ ਵਾਲੀ ਬੁਲਬੁਲ ਦਾ ਬੱਚਾ, ਦੂਜੀ ਡਾਚੀ। ਇਹ ਜਿਹੜੀ ਇਹ ਬੁਲਬੁਲ ਦਾ ਬੱਚਾ ਜਿਹੜੀ ਮੈਂ ਪਹਿਲੇ ਨੰਬਰ 'ਤੇ, ਇਹ ਕਿਨਵਾਂ ਸੋ ਹੈ? ਇਹ ਪਹਿਲਾ ਸੋ। ਇਹ ਪਹਿਲਾਂ ਨੇ? ਹਾਂਜੀ ਪਹਿਲਾਂ। ਸ਼ਰਤੀ ਆ? ਇਨਸ਼ਾਅੱਲਾ। ਵੇਖੀ ਦੂਜੇ 'ਚ ਨਹੀਂ? ਨਹੀਂ ਪਹਿਲਾ ਸੋ। ਵੇਖ ਲੈ, ਪਹਿਲਾਂ ਨੇ ਕਿ ਦੂਜੇ ਨਹੀਂ? ਪਹਿਲਾਂ ਨੇ। ਇਹ ਮੈਂ ਪਹਿਲਾਂ ਸੁਣਦੀ ਪਈ, ਇਹ ਮੈਂ ਪਹਿਲਾਂ ਨੇ ਜੀ ਬਾਬਾ ਅਸ਼ਰਫ ਕਹਿੰਦਾ, ਪਹਿਲਾਂ ਮਾਝੀ ਬਾਬੇ ਅਸ਼ਰਫ ਦੇ ਬਕੌਲ। ਤੁਸੀਂ ਆਪਣੀ ਨਜ਼ਰ ਨਾਲ ਵੇਖ ਲਓ ਬਾਬਾ ਅਸ਼ਰਫ ਕਿੰਨੇ ਦਿਨ ਕੱਢ ਜਾਏ? ਇਹ ਬਸ ਚਾਰ ਪੰਜ ਲੈ। ਚਾਰ ਪੰਜ ਦਿਨ ਉਸੇ ਮੈਂ ਵੇਖੀ, ਮੈਂ ਤਕੜੀ ਕੀਤੀ, ਤਕੜੀ ਖੜੀ ਮੈਂ ਨਹੀਂ ਤੱਕ ਚੰਗੀ ਜਗ੍ਹਾ ਅਜੇ ਲਈ ਖੜੀ ਹੈ। ਅੱਛਾ, ਤੇ ਜਿਹੜੀ ਮੈਂ ਨੰਬਰ 2 ਹੈ ਬਾਬਾ ਅਸ਼ਰਫ, ਉਹ ਇਹ ਤੀਸਰਾ ਦੂਜਣ ਨਹੀਂ? ਲੋਕਾਂ ਤਰ੍ਹਾਂ ਵੇਖ, ਲੋਕਾਂ ਨੇ ਕਹਿਣਾ ਸੀ, ਲੋਕਾਂ ਨੇ ਕਹਿਣਾ ਸੀ ਇਹ ਦੂਜਣ ਹੈ, ਤੇ ਬਾਬਾ ਆਂਦਾ ਇਹ ਤੀਜਣ ਹੈ ਜੈਨਵਨ। ਆਪਣੀ ਮੈਂ ਐਵੇਂ ਲੱਗਦੀ ਜੀ ਦੂਸਰਾ ਇਨਸ਼ਾਅੱਲਾ। ਅੱਛਾ, ਹੈ ਦੂਜਣ, ਤੀਸਰੇ 'ਚ ਹੈਗੀ ਇਹ, ਲੇਕਿਨ ਦੱਸਣੀ ਵੀ ਤੀਜੀ ਹੈ। ਲੋਕਾਂ ਤਰ੍ਹਾਂ ਦੂਜਣ ਵਾਲਾ ਕੂੜ ਨਹੀਂ ਮਾਰਨਾ। ਆਪਣੀ ਮੈਂ ਖਾਸ ਨਹੀਂ, ਮੈਂ ਇਹਨੂੰ ਨਸਲ ਜ਼ਾਤ ਐਸੀ ਹੈ ਕਿ ਮੈਂ ਇਹਨੇ 50 ਸੂਬੇ ਵੀ ਸੂਝਿਆ ਹੈ, ਖਾਣ ਇੱਥੇ ਸਿਰ ਇੱਥੇ। ਦੁਨੀ ਕੋੜੀ ਸਾਫ ਵੇਖ ਲਓ ਕਿੰਨੀ ਮਾਸ਼ਾ, ਦੁਨੀ ਕੋੜੀ ਤੇ ਕੜੀ ਸਾਫ ਨਹੀਂ ਮਜਾਵਣਾ, ਸਿਰ ਨਹੀਂ ਮਜਾਵਣਾ, ਥਣ ਨਹੀਂ ਗਵਾਉਣਾ। ਇਹ ਇਹ ਗੱਲਾਂ ਨੇ ਬ੍ਰਾਂਡ ਦੀਆਂ, ਬ੍ਰਾਂਡ ਇਹ ਸੱਚੀਆਂ ਗੱਲਾਂ ਕਰਨ ਵਾਲਾ ਉਹਦਾ ਬੱਗੀ ਦਾੜੀ ਇਹ। ਜੇ ਮੈਂ ਪਹਿਲਣੇ ਤੇ ਪਹਿਲਣ ਦੱਸ ਕੇ, ਇਹ ਬ੍ਰਾਂਡ ਦੇ ਕੰਮ ਹੈ। ਅੱਛਾ, ਹੁਣ ਇਹ ਪਹਿਲਣੇ ਤੇ ਪੰਜਤ ਮੈਂ ਹੋ ਕੇ ਤੇ ਫਿਰ ਸੁਣ ਪੂਰੀ ਹੋ ਕੇ। ਅੱਛਾ, ਪਹਿਲਣ ਮੈਂ ਚਾਰ ਪੰਜ ਦਿਨ ਲੈਂਦੀ, ਉਹ ਮੈਂ ਤੀਜਣ। ਇਹ ਹੁਣ ਇਹਦੇ ਕਿੰਨੇ ਪੈਸੇ ਨੇ? ਪੱਕੇ ਪਿਆਰ ਕਰਨਾ ਹੈ ਚਾਚਾ, ਗੱਲਾਂ ਲੋਕਾਂ ਤਰ੍ਹਾਂ ਪੰਡਾ ਨਹੀਂ ਪਾਣੀਆਂ ਕਿ ਜੇ ਬਾਅਦ ਚੱਕੀਆਂ ਨਾ ਜਾਣ ਤੇ ਉਹਦੇ ਵੀ ਪੱਕੇ ਪੈਸੇ, ਇਹਦੇ ਵੀ ਪੱਕੇ। ਮਾਰਕੀਟ ਤਾਂ ਤੁਹਾਨੂੰ ਹੀ ਪਤਾ, ਮਾਰਕੀਟ ਦੇ ਹਿਸਾਬ ਨਾਲ ਮੈਂ ਲਾ ਲਾ ਆਹਾ 6,75,000। 6,75,000 ਰੁਪਇਆ ਇਸ ਪਹਿਲਣ ਦਾ? ਪਹਿਲਣ ਮੈਂ ਵੇਲੇ ਇਨਸ਼ਾਅੱਲਾ ਚੰਗੀ, ਅੱਲਾ ਦੇ ਹੁਕਮ ਨਾਲ ਕੱਟ ਕੱਟ ਦੇਗੀ ਤੈਨੂੰ ਇਨਸ਼ਾਅੱਲਾ। ਕਮੈਂਟ ਅਸਨ ਚਾਸਨ ਮੈਂ ਨਦੀਮ ਆਵਾਂ, ਬਾਬੇ ਸ਼ਰ ਕੋਲ ਮਾਲ ਪਾਏ ਤੇ ਜਦੋਂ ਪਾਣਾ ਚਾਹੁੰਦਾ ਚੰਗਾ ਪਾਣ। 6,75 ਜੇ ਕੋਈ ਆਇਆ ਭਰਾ ਸੱਜਣ ਬੂਹੇ ਤੇ ਕੋਈ ਸ਼ਰਮ ਜਾ ਹੋ ਜੇ, ਕੋਈ ਪਿਆਰ ਮੁਹੱਬਤ ਥੋੜਾ ਜਿਹਾ ਕਰ 19 ਵੀ ਹੋ ਜਾਏ। ਅੱਛਾ, ਮੈਂ ਨੰਬਰ 2 ਜਿਹੜੀ ਤੀਜਣ ਹੈ, ਇਹਦੇ ਕੋਲ ਦੁੱਧ ਕਿੰਨਾ ਹੈ ਤੇ ਕਿੰਨੇ ਦਿਨ ਦੀ ਸੋਈ ਹੈ ਤੇ ਮਗਰ ਕੱਟੀ ਹੁੰਦੀ ਆ? 6ਵੀਂ ਚੁਆਈ ਜਨਾਬ, 6ਵੀਂ ਚੁਆਈ ਸ਼ਾਮੀ ਅੱਜ? ਹਾਂਜੀ ਠੀਕ। ਤੇ 12 ਕਿਲੋ ਦੁੱਧ ਦੇ ਦਿਓ, ਦੋਵਾਂ ਟਾਈਮ ਦੋਵਾਂ ਟਾਈਮ ਸਾਰੀ ਕੋਰ ਤੇ ਬੱਚੇ ਨੂੰ ਰੋਗ ਰੋਗ ਕੱਢ ਦੇ। ਇਸੇ ਕੀ ਸਮ ਦਾ ਕੋਈ ਇਹ ਪਹਿਲਣ ਮੈਂ ਥਣ ਪਾਸ ਕਰਾਵਾਂਗਾ, ਇਹ ਪਾਸ ਕਰਾਵਾਂਗਾ, ਇਹ ਪਾਸ ਕਰਾਵਾਂਗਾ, ਉਹ ਥਣ ਉਹ ਚੁਆ ਕੇ ਦੇਸਾ। ਇਹਦੇ ਪੈਸੇ ਪੱਕੇ ਨਹੀਂ, ਇਹਦੇ ਪੱਕਾ ਪੈਸੇ ਆ ਪੱਕੇ ਪੱਦੇ ਵੇ ਦੀ ਲੰਮੀ ਨਹੀਂ ਕਰ। ਮੁੱਲ ਤੇ ਦਾ 12 ਲੱਖ ਡਾਚੀ ਦਾ, 12 ਲੱਖ ਰੁਪਇਆ ਮੁੱਲ ਇੱਥੇ ਮੰਗਦਾ ਵਪਾਰੀਆਂ। ਚਾਚਾ ਇਹਦੀ ਐਂ ਲੈਣ ਦੇਣ ਵਾਲੀ ਗੱਲ ਕਰ, ਐਂ ਨਾ ਕਰ ਕਿ 12 ਲੱਖ ਹੀ ਮੰਗ ਲਿਆ ਤੇ ਫਿਰ ਭਾਵੇਂ ਆਪਣਾ ਕੋਈ ਸਲਾਮ ਹੀ ਨਾ ਲੱਗੇ। 7,75,000 ਤੇਰੇ ਵਾਸਤੇ ਪੱਕੀ ਮੈਂ ਦੇਸੀ, ਮੰਗਣ ਨੂੰ ਹੋਵੇ 7,75,000 ਦੀ ਪੱਕੀ ਮੈਂ ਦੇਸੀ। ਡਾਚੀਆਂ ਜਿਹੜੀ ਮੈਂ ਹੈ ਤੇ ਏਡੀ ਏਡੀ ਮੈਂ ਨੀਲੀ ਤੇ ਪੈਦਾ ਹੀ ਨਹੀਂ ਹੁੰਦੀ, ਇਹ ਜਨਮਨ ਗੱਲ ਹੈ। ਬਾਕੀ 7,75,000 ਰੁਪਇਆ ਹੈ ਦੁੱਧ, ਇਸ ਟਾਈਮ 12 ਕਿਲੋ ਹੈ, 6ਵੀਂ ਚੁਆਈ 'ਚ ਮਗਰ ਕੱਟੀ ਹੈ। ਮੈਂ ਬਹੁਤ ਚੰਗੀ, ਬੜੀ ਨਸਲਾਂ ਵਾਲੀ, ਬੜੀ ਗੈਰਤ ਵਾਲੀ, ਬੜੀ ਖਾਨਦਾਨੀ, ਬੜੀ ਬਰੀਕ, ਇਹਦੇ 'ਚ ਪਿਆਰ ਵੀ ਵਧੀਆ ਆਪਾਂ ਕਰਾ ਲਾਂਗੇ ਇਨਸ਼ਾਅੱਲਾ। ਲੇਕਿਨ ਜਿਹੜਾ ਬੁਲਬੁਲ ਹੈ ਨਾ, ਇਹ ਤਾਂ ਇੱਕ ਵੱਖਰੀ ਸ਼ੈ ਹੈ, ਇਹ ਤਾਂ ਇੱਕ ਵੱਖਰੀ ਗੇਮ ਹੈ ਨਾ, ਇਹ ਤਾਂ ਇੱਕ ਵੱਖਰੀ ਚੱਸ ਹੈ ਨਾ ਇਸ ਮੈਂ ਦੀ। ਜਿਹੜਾ ਬੰਦਾ ਇਹਨੂੰ ਸਮਝ ਗਿਆ ਇਨਸ਼ਾਅੱਲਾ ਉਹ ਛੱਡਦਾ ਨਹੀਂ। ਬਾਕੀ ਡਾਚੀ ਦੀ ਆਪਣੀ ਗੱਲ ਹੈ, ਡਾਚੀ ਆਪਣੇ ਹਿਸਾਬ